ਖਾਲਸਾ ਰਾਜ ਦੀ ਗੱਲ ਅੱਜ ਹਰ ਇੱਕ ਸਿੰਘ ਕਰਦਾ ਹੈ, ਪਰ ਅਸੀਂ ਅੱਜ ਗੱਲ ਕਰਨ ਲੱਗੇ ਹਾਂ ਉਹਨਾਂ ਦੋ ਸਿੰਘਾਂ ਦੀ ਜਿਨ੍ਹਾਂ ਨੇ ਖਾਲਸਾ ਰਾਜ ਕਾਇਮ ਕਰ ਦਿੱਤਾ। ਇਹ ਸੁਣ ਕੇ ਗੱਲ ਹੋਰ ਹੀ ਤਰ੍ਹਾਂ ਲੱਗਦੀ ਹੈ ਕਿ ਦੋ ਸਿੰਘ ਕਿਵੇਂ ਖਾਲਸਾ ਰਾਜ ਕਾਇਮ ਕਰ ਸਕਦੇ ਨੇ, ਪਰ ਇਹ ਸੱਚ ਹੈ, ਸਾਡਾ ਇਤਿਹਾਸ ਹੈ। ਗੱਲ ਤਰਨ ਤਾਰਨ ਦੇ ਨਜ਼ਦੀਕ ਨੂਰਦੀਨ ਦੇ ਜੰਗਲਾਂ ਦੀ ਹੈ, ਜਿੱਥੇ ਕਿ ਸਿੰਘ ਜੰਗਲਾਂ ਦੇ ਵਿੱਚ ਸਨ, ਕਿਉਂਕਿ ਉਹਨਾਂ ਵੇਲੇ ਸਮਾਂ ਜਿਹੜਾ ਸੀ ਉਹ ਬੜਾ ਮੁਸ਼ਕਲ ਭਰਿਆ ਚੱਲ ਰਿਹਾ ਸੀ। ਮੁਗਲ ਹਕੂਮਤ ਦੇ ਕੁਝ ਸਿਪਾਹੀ ਲੰਘਦੇ ਨੇ, ਇੱਕ ਸਿਪਾਹੀ ਪੁੱਛਦਾ ਦੂਸਰੇ ਨੂੰ ਕਿ ਮੈਨੂੰ ਲੱਗਦਾ ਹੈ ਉਹ ਝਾੜੀਆਂ ਦੇ ਪਿੱਛੇ ਸਿੰਘ ਨੇ। ਦੂਜਾ ਕਹਿੰਦਾ ਨਹੀਂ ਨਹੀਂ, ਸਿੰਘ ਤਾਂ ਸਾਰੇ ਅਸੀਂ ਮੁਕਾ ਦਿੱਤੇ ਨੇ, ਇਹ ਤਾਂ ਵੈਸੇ ਕੋਈ ਲੁਕਿਆ ਹੋਣਾ। ਜਦੋਂ ਇਹ ਗੱਲ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਜੀ ਨੇ ਸੁਣੀ ਕਿ ਮੁਗਲ ਇਹ ਸਮਝ ਰਹੇ ਨੇ ਕਿ ਸਿੰਘ ਮੁਕਾ ਦਿੱਤੇ ਨੇ, ਤਾਂ ਉਹਨਾਂ ਵਿੱਚ ਬਹੁਤ ਹੀ ਜ਼ਿਆਦਾ ਜੋਸ਼ ਆਇਆ ਅਤੇ ਉਹ ਇੱਕਦਮ ਬਾਹਰ ਆ ਗਏ। ਆਣ ਕੇ ਤਰਨ ਤਾਰਨ ਦੇ ਚੌਂਕ ਵਿੱਚ ਉਹਨਾਂ ਨੇ ਨਾਕਾ ਲਾ ਦਿੱਤਾ। ਨਾਕਾ ਲਾ ਕੇ ਜਿਹੜਾ ਵੀ ਉੱਥੋਂ ਲੰਘਦਾ ਉਹਦੇ ਤੋਂ ਟੈਕਸ ਵਸੂਲਣ ਲੱਗ ਪਏ। ਜੇ ਕੋਈ ਪੁੱਛਦਾ ਕਿ ਕਾਹਦਾ ਟੈਕਸ, ਤਾਂ ਅੱਗੋਂ ਕਹਿੰਦੇ ਤੁਹਾਨੂੰ ਨਹੀਂ ਪਤਾ, ਖਾਲਸਾ ਰਾਜ ਕਾਇਮ ਹੋ ਗਿਆ। ਲੰਘਣ ਵਾਲਾ ਵੀ ਸੋਚਦਾ, ਉਹਨਾਂ ਵੇਲਿਆਂ ਵਿੱਚ ਕੋਈ ਸਾਧਨ ਨਹੀਂ ਹੁੰਦੇ ਸੀ ਕਿ ਇੱਕ ਦੂਜੇ ਨੂੰ ਪਤਾ ਲੱਗ ਜਾਂਦਾ ਕਿ ਇਹੋ ਜਿਹੇ ਹਾਲਾਤ ਚੱਲ ਰਹੇ ਨੇ, ਆਲੇ ਦੁਆਲੇ ਕੀ ਹੋ ਰਿਹਾ, ਤਾਂ ਸੋਚਦਾ ਕਿ ਸੱਚਮੁੱਚ ਹੀ ਖਾਲਸਾ ਰਾਜ ਹੋ ਗਿਆ ਹੋਣਾ, ਤਾਂ ਉਹ ਟੈਕਸ ਦੇ ਕੇ ਅੱਗੇ ਚਲੇ ਜਾਂਦੇ। 10-12 ਦਿਨ ਮੁਗਲ ਹਕੂਮਤ ਦੇ ਸਿਖਰ 'ਤੇ ਸਿੰਘਾਂ ਨੇ ਟੈਕਸ ਲਿਆ ਖਾਲਸਾ ਰਾਜ ਦੇ ਨਾਂ ਹੇਠ, ਅਤੇ ਹਰ ਇੱਕ ਨੂੰ ਕਿਹਾ ਕਿ ਖਾਲਸੇ ਦਾ ਰਾਜ ਹੋ ਗਿਆ ਹੈ, ਕਿਉਂਕਿ ਉਗਰਾਹੀ ਕੇਵਲ ਸਰਕਾਰਾਂ ਹੀ ਕਰ ਸਕਦੀਆਂ ਨੇ। ਹੁਣ ਜਦੋਂ ਅਸੀਂ ਰੋਡਸ ਤੋਂ ਲੰਘਦੇ ਹਾਂ, ਟੋਲ ਟੈਕਸ ਅਸੀਂ ਦਿੰਦੇ ਹਾਂ, ਤਾਂ ਉਹ ਗਵਰਨਮੈਂਟ ਨੂੰ ਹੀ ਦਿੰਦੇ ਹਾਂ, ਤਾਂ ਉਦੋਂ ਦੇ ਸਮੇਂ ਦੇ ਵਿੱਚ ਉਹਨਾਂ ਨੇ ਟੈਕਸ ਲਿਆ ਬਾਬਾ ਬੋਤਾ ਸਿੰਘ ਅਤੇ ਬਾਬਾ ਗਰਜਾ ਸਿੰਘ ਜੀ ਨੇ ਖਾਲਸਾ ਰਾਜ ਦਾ ਐਲਾਨ ਕਰਦੇ ਹੋਏ। ਜਦੋਂ 10-12 ਦਿਨ ਲੰਘ ਗਏ, ਕੋਈ ਉਹਨਾਂ ਨੂੰ ਰੋਕਣ ਨਾ ਆਇਆ, ਅਤੇ ਕਹਿੰਦੇ ਕਿ ਅਸੀਂ ਤਾਂ ਇਹ ਗੱਲ ਮੁਗਤ ਹਕੂਮਤ ਦੇ ਕੰਨਾਂ ਤੱਕ ਪਹੁੰਚਾਉਣੀ ਸੀ, ਅਸੀਂ ਇਹ ਗੱਲ ਮੁਗਲਾਂ ਦੇ ਕੰਨਾਂ ਤੱਕ ਪਹੁੰਚਾਉਣੀ ਸੀ ਕਿ ਤੁਸੀਂ ਕਹਿੰਦੇ ਹੋ ਖਾਲਸੇ ਖਤਮ ਹੋ ਗਏ, ਤੁਸੀਂ ਕਹਿੰਦੇ ਹੋ ਸਿੰਘ ਖਤਮ ਹੋ ਗਏ, ਅਸੀਂ ਤਾਂ ਸਿੰਘਾਂ ਦਾ ਰਾਜ ਕਾਇਮ ਕਰਤਾ, ਅਸੀਂ ਤਾਂ ਖਾਲਸਾ ਰਾਜ ਕਾਇਮ ਕਰਤਾ। ਤਾਂ ਫਿਰ ਬਾਬਾ ਬੋਤਾ ਸਿੰਘ ਜੀ ਨੇ ਇੱਕ ਚਿੱਠੀ ਲਿਖੀ, ਚਿੱਠੀ ਲਿਖੀ ਜ਼ਕਰੀਆ ਖਾਨ ਦੇ ਨਾਮ। ਉਸ ਚਿੱਠੀ ਵਿੱਚ ਲਿਖਿਆ, ਚਿੱਠੀ ਲਿਖਿਆ, ਸਿੰਘ ਬੋਤਾ ਹੱਥ ਹੈ ਸੋਟਾ ਮੋਟਾ, ਵਿੱਚ ਰਾਹ ਖਲੋਤਾ, ਆਨਾ ਲਾਇਆ ਗੱਡੇ ਨੂੰ, ਪੈਸਾ ਲਾਇਆ ਖੋਤਾ, ਜਾਂ ਆਖੀ ਭਾਬੀ ਖਾਨੋ ਨੂੰ, ਇਉਂ ਆਖੇ ਸਿੰਘ ਬੋਤਾ। ਮਜ਼ਾਕ ਦੇ ਨਾਲ ਜ਼ਕਰੀਆ ਖਾਨ ਨੂੰ ਭਾਬੀ ਕਹਿ ਦਿੱਤਾ। ਇਹ ਚਿੱਠੀ ਜਦੋਂ ਜ਼ਕਰੀਆ ਖਾਨ ਨੂੰ ਮਿਲੀ ਤਾਂ ਉਹ ਬਿਲਕੁਲ ਅੱਗ ਬਬੂਲਾ ਹੋ ਗਿਆ ਕਿ ਇੱਦਾਂ ਹੋ ਕਿਵੇਂ ਗਿਆ, ਮੈਂ ਤਾਂ ਸੱਚਮੁੱਚ ਹੀ ਸਿੰਘਾਂ ਨੂੰ ਖਤਮ ਕਰੀ ਬੈਠਾ, ਮੰਨੀ ਬੈਠਾ ਕਿ ਸਿੰਘ ਹੈ ਹੀ ਨਹੀਂ ਹੁਣ, ਤਾਂ ਸਿੰਘਾਂ ਨੇ ਮੇਰੀ ਰਾਜ ਦੇ ਵਿੱਚ ਆਪਣਾ ਟੈਕਸ ਲੈਣ ਦੀ ਹਿੰਮਤ ਕਿਵੇਂ ਕੀਤੀ। ਉਸੇ ਵੇਲੇ ਲਾਹੌਰ ਤੋਂ ਫੌਜਾਂ ਚੜ ਆਈਆਂ, ਜਦੋਂ ਫੌਜਾਂ ਚੜ ਆਈਆਂ ਤਾਂ ਆਣ ਕੇ ਮੁਕਾਬਲਾ ਹੋਇਆ। ਦੋ ਸਿੰਘਾਂ ਨੇ ਪਿੱਠਾਂ ਜੋੜ ਕੇ ਦੋਵਾਂ ਸਿੰਘਾਂ ਨੇ ਹਜ਼ਾਰਾਂ ਮੁਗਲਾਂ ਨੂੰ ਖਤਮ ਕੀਤਾ ਅਤੇ ਫਿਰ ਆਪ ਸ਼ਹੀਦੀ ਪ੍ਰਾਪਤ ਕੀਤੀ। ਐਸੇ ਯੋਧਿਆਂ ਦਾ ਸ਼ਹੀਦ ਬਾਬਾ ਬੋਤਾ ਸਿੰਘ ਜੀ ਅਤੇ ਸ਼ਹੀਦ ਬਾਬਾ ਗਰਜਾ ਸਿੰਘ ਜੀ ਦਾ ਅੱਜ ਸ਼ਹੀਦੀ ਦਿਹਾੜਾ ਹੈ। ਸਾਨੂੰ ਚਾਹੀਦਾ ਹੈ ਅਸੀਂ ਆਪਣੇ ਸਿੱਖ ਇਤਿਹਾਸ ਦੀਆਂ ਇਹੋ ਜਿਹੀਆਂ ਗਾਥਾਵਾਂ ਆਪਣੇ ਬੱਚਿਆਂ ਨੂੰ ਦੱਸੀਏ, ਤਾਂ ਜੋ ਸਾਡੇ ਵਿਲੱਖਣ ਇਤਿਹਾਸ ਤੋਂ ਸਭ ਜਾਣੂ ਹੋ ਸਕਣ ਕਿ ਸਿੰਘ ਇਸ ਲਈ ਆਪਣਾ ਆਪ ਕੁਰਬਾਨ ਕਰਨ ਨੂੰ ਤਿਆਰ ਹੋ ਜਾਂਦੇ ਸੀ ਕਿ ਗੱਲ ਹੁਣ ਅਣਖ ਦੀ ਆ ਗਈ। ਐਂ ਕਹਿ ਕਿਵੇਂ ਦਿੱਤਾ ਕਿ ਸਿੰਘ ਮੁੱਕ ਗਏ? ਸਾਨੂੰ ਵੀ ਲੋੜ ਆਪਣੀਆਂ ਅਣਖਾਂ ਜਗਾਉਣ ਦੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।